ਜੀਵਨ ਦੇ ਅੰਦਰ ਹਰ ਇਨਸਾਨ ਖੁਸ਼ ਔਰ ਪ੍ਰਸੰਨ ਰਹਿਣਾ ਚਾਹੁੰਦਾ ਹੈ ਖੁਸ਼ ਔਰ ਪ੍ਰਸੰਨ ਰਹਿਣਾ ਹਰ ਇਨਸਾਨ ਦਾ ਹੱਕ ਵੀ ਹੈ ਔਰ ਹਰ ਇਨਸਾਨ ਦਾ ਫਰਜ਼ ਵੀ ਹੈ ਹਰ ਇਨਸਾਨ ਖੁਸ਼ੀ ਔਰ ਪ੍ਰਸੰਤਾ ਵਾਸਤੇ ਕਾਰਜਸ਼ੀਲ ਵੀ ਹੈ ਯਤਨਸ਼ੀਲ ਵੀ ਹੈ ਹਰ ਸੰਭਵ ਯਤਨ ਕਰ ਰਿਹਾ ਹੈ ਕਿ ਬੰਦੇ ਦੀ ਜ਼ਿੰਦਗੀ ਅੰਦਰ ਖੁਸ਼ੀ ਪੈਦਾ ਹੋਵੇ ਲੇਕਿਨ ਵੇਖਣ ਵਿੱਚ ਆਉਂਦਾ ਹੈ ਕਿ ਜੋ ਬਹੁਤਾਤ ਗਿਣਤੀ ਹੈ ਬਹੁਤਾਤ ਗਿਣਤੀ ਦੀ ਜ਼ਿੰਦਗੀ ਦੇ ਅੰਦਰ ਖੁਸ਼ੀ ਨਹੀਂ ਹੈ ਹਾਸੇ ਨਹੀਂ ਹਨ ਖੇੜੇ ਨਹੀਂ ਹਨ ਨਕਾਰਾਤਮਕਤਾ ਹੈ ਸਕਾਰਾਤਮਕਤਾ ਜੀਵਨ ਤੋਂ ਮੁਕਤੀ ਦੀ ਪ੍ਰਤੀਤ ਹੋ ਰਹੀ ਹੈ ਡਿਪਰੈਸ਼ਨ ਦੀ ਜੋ ਬਿਮਾਰੀ ਹੈ ਡਿਪਰੈਸ਼ਨ ਦਾ ਜੋ ਰੋਗ ਹੈ ਦਿਨ ਪ੍ਰਤੀ ਦਿਨ ਵੱਧਦਾ ਚਲਾ ਜਾ ਰਿਹਾ ਹੈ ਤੇ ਜੋ ਸਕਾਲਰ ਲੋਕ ਚਿੰਤਕ ਲੋਕ ਨੇ ਸਿਆਣੇ ਲੋਕ ਨੇ ਇਸ ਗੱਲ ਤੋਂ ਚਿੰਤਿਤ ਨੇ ਕਿ ਜੇ ਮਨੁੱਖ ਨੇ ਆਪਣੀ ਜੀਵਨ ਸ਼ੈਲੀ ਨੂੰ ਨਾ ਬਦਲ ਜੀਵਨ ਦੇ ਢੰਗ ਦੇ ਅੰਦਰ ਬਦਲਾਵ ਨਾ ਲਿਆਂਦਾ ਤਾਂ 슈ਗਰ ਔਰ ਬਲੱਡ ਪ੍ਰੈਸ਼ਰ ਆਦਿਕ ਬਿਮਾਰੀਆਂ ਨੂੰ ਡਿਪਰੈਸ਼ਨ ਪਾਰ ਕਰ ਜਾਏਗਾ ਆਉਣ ਵਾਲੇ ਸਮੇਂ ਦੇ ਅੰਦਰ ਡਿਪਰੈਸ਼ਨ ਦੇ ਲੋ ਰੋਗ ਦੇ ਲੋਕ ਹੋਰ ਵਧਣਗੇ ਔਰ ਵਾਸਤਵ ਦੇ ਅੰਦਰ ਇਨਾਂ ਚੀਜ਼ਾਂ ਵਿੱਚ ਵਾਦਾ ਹੋ ਰਿਹਾ ਹੈ ਤਾਂ ਆਪਨੇ ਵੇਖਿਆ ਹੋਵੇਗਾ ਕਦੇ ਪਾਰਕ ਦੇ ਅੰਦਰ ਸੈਰ ਕਰਨ ਵਾਸਤੇ ਜਾਓ ਤਾਂ ਉੱਥੇ ਬਹੁਤ ਸਾਰੇ ਲੋਕ ਠਹਾ ਕੇ ਲਗਾ ਲਗਾ ਕੇ ਹੱਸ ਰਹੇ ਹੁੰਦੇ ਨੇ ਹਾਲਾਂਕਿ ਉਹ ਹਾਸਾ ਨਕਲੀ ਹੁੰਦਾ ਹੈ ਤੇ ਕਈ ਲੋਕ ਇਹ ਸੋਚਦੇ ਨੇ ਕਿ ਕਮਲੇ ਨੇ ਇਹ ਕੀ ਕਮਲ ਕੁੱਟਣ ਦੇ ਨੇ ਇਹ ਬੇਵਕੂਫੀ ਹੈ ਪਰ ਮੈਂ ਬੇਨਤੀ ਕਰਾਂ ਵਾਸਤਵ ਦੇ ਅੰਦਰ ਬੇਵਕੂਫੀ ਨਹੀਂ ਹੈ ਇਹ ਕਮਲ ਕੁੱਟਣਾ ਨਹੀਂ ਹੈ ਹਾਸਾ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈ ਹਾਂ ਉਹ ਹਾਸਾ ਗਲਤ ਹੈ ਉਹ ਹਾਸਾ ਬੇਵਕੂਫੀ ਹੈ ਜੋ ਕਿਸੇ ਦੀ ਮਜਬੂਰੀ ਤੇ ਹੱਸਿਆ ਜਾਏ ਜੋ ਕਿਸੇ ਨੂੰ ਬੇਇੱਜ਼ਤ ਕਰਕੇ ਹੱਸਿਆ ਜਾਏ ਜੋ ਕਿਸੇ ਨੂੰ ਨੀਵਾ ਵਿਖਾ ਕੇ ਹੱਸਿਆ ਜਾਏ ਉਹ ਹਾਸਾ ਵਾਸਤਵ ਦੇ ਵਿੱਚ ਹੀ ਬੇਕਾਰ ਵਿਰਥ ਔਰ ਕਟਿਆ ਕਿਸਮ ਦਾ ਹਾਸਾ ਹੈ ਤਾਂ ਹਾਸੇ ਦੇ ਜੀਵਨ ਦੇ ਅੰਦਰ ਕੀ ਮਹੱਤਵ ਨੇ ਹਾਸੇ ਦੇ ਜੀਵਨ ਵਿੱਚ ਕੀ ਲਾਭ ਨੇ ਮੈਂ ਆਪ ਦੇ ਨਾਲ ਥੋੜੀ ਜੀ ਵਿਚਾਰ ਸਾਂਝੀ ਕਰ ਰਿਹਾ ਕਿਉਂਕਿ ਮੈਂ ਕੁਝ ਦਿਨ ਪਹਿਲਾਂ ਹਾਸੇ ਬਾਰੇ ਕੁਝ ਵਿਚਾਰ ਪਾਏ ਸੀ ਬਹੁਤ ਵੀਰਾਂ ਭੈਣਾਂ ਨੇ ਉਸ ਨੂੰ ਲਾਈਕ ਕੀਤਾ ਔਰ ਮੈਨੂੰ ਬਹੁਤ ਸਾਰੇ ਫੋਨ ਆਏ ਕਿ ਮੈਂ ਹਾਸੇ ਬਾਰੇ ਥੋੜੀ ਜਿਹੀ ਵਿਚਾਰ ਹੋਰ ਆਪ ਦੇ ਨਾਲ ਸਾਂਝੀ ਕਰਾਂ ਤਾਂ ਮੈਂ ਅੱਜ ਆਪ ਦੇ ਨਾਲ ਹਾਸੇ ਬਾਰੇ ਕੁਝ ਹੋਰ ਵਿਚਾਰ ਸਾਂਝੀ ਕਰ ਰਿਹਾ ਹਾਂ ਕਿ ਹੱਸਣ ਦੇ ਸਾਨੂੰ ਕੀ ਕੀ ਲਾਭ ਹੋ ਸਕਦੇ ਨੇ ਇਹ ਕੁਝ ਗੱਲਾਂ ਆਪ ਨਾਲ ਸਾਂਝੀਆਂ ਕਰ ਰਿਹਾ ਸਭ ਤੋਂ ਪਹਿਲਾਂ ਆਮ ਆਦਮੀ ਓਵਰ ਥਿੰਕਿੰਗ ਦਾ ਸ਼ਿਕਾਰ ਹੋ ਰੁੰਦਾ ਹੈ ਓਵਰ ਥਿੰਕਿੰਗ ਦੇ ਵਿੱਚੋਂ ਬਾਹਰ ਆਉਣ ਵਾਸਤੇ ਕਿੰਨੇ ਯਤਨ ਕਰਦਾ ਹੈ ਲੋਕ ਦਵਾਈਆਂ ਵੀ ਲੈਂਦੇ ਨੇ ਤੇ ਕਈ ਵਾਰ ਬੰਦਾ ਨਕਾਰਾਤਮਕ ਵਿਚਾਰਾਂ ਦਾ ਓਵਰ ਥਿੰਕਿੰਗ ਦਾ ਸ਼ਿਕਾਰ ਹੋ ਜਾਂਦਾ ਹੈ ਵਾਰ-ਵਾਰ ਨਕਾਰਾਤਮਕ ਵਿਚਾਰ ਆਉਣ ਦੇ ਨਾਲ ਮਾਨਸਿਕ ਰੋਗ ਯਾਨੀ ਡਿਪਰੈਸ਼ਨ ਦਾ ਕਾਰਨ ਬਣ ਜਾਂਦਾ ਹੈ ਡਿਪਰੈਸ਼ਨ ਦਾ ਕਾਰਨ ਜਿਹੜੇ ਨਕਾਰਾਤਮਕ ਵਿਚਾਰ ਨੇ ਤਾਂ ਜੇਕਰ ਬੰਦਾ ਹੱਸਦਾ ਹੈ ਖਿੜਖਿੜਾ ਕੇ ਤਾਂ ਹੱਸਣ ਦੇ ਨਾਲ ਬੰਦਾ ਡਿਸਟ्रेस ਹੁੰਦਾ ਹੈ ਸਰੀਰ ਦੇ ਅੰਦਰ ਪੋਜਿਟਿਵ એનર્ਜੀ ਵੱਧਦੀ ਹੈ ਔਰ ਹਸਣ ਦੇ ਨਾਲ ਸਾਡੇ ਸਰੀਰ ਅੰਦਰ ਇੰਡੋਰਫਿਨ ਹਾਰਮੋਨਸ ਪੈਦਾ ਹੁੰਦਾ ਹੈ ਜਿਸ ਕਰਕੇ ਬੰਦਾ ਸਕਾਰਾਤਮਕ ਔਰ ਖੁਸ਼ ਮਹਿਸੂਸ ਕਰਦਾ ਹੈ ਤਾਂ ਸਾਡੇ ਅੰਦਰ ਇੰਡੋਰਫਿਨ ਹਾਰਮੋਨਸ ਪੈਦਾ ਹੁੰਦਾ ਹੈ ਹਾਸੇ ਦੇ ਨਾਲ ਤਾਂ ਜੇ ਅਸੀਂ ਹੱਸਾਂਗੇ ਖਿੜਖਿੜਾ ਕੇ ਤਾਂ ਅਸੀਂ ਸਕਾਰਾਤਮਕ ਬਣੇ ਰਾਂਗੇ ਦੂਜੀ ਗੱਲ ਹੈ ਕਿ ਆਮ ਆਦਮੀ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦਾ ਹੈ ਜੋ ਕੋਰਟੀਸੋਲ ਔਰ ਐਪੀਨੇਫ੍ਰੀਨ ਹਾਰਮੋਨਸ ਨੇ ਇਹ ਮਾਨਸਿਕ ਤਣਾਅ ਦਾ ਕਾਰਨ ਬਣਦੇ ਨੇ ਤੇ ਹਸਨ ਦੇ ਨਾਲ ਇਸ ਹਾਰਮੋਨਸ ਦੇ ਅੰਦਰ ਕਮੀ ਆਉਂਦੀ ਹੈ ਜੋ ਕੋਰਟੀਸੋਲ ਔਰ ਐਪੀਨੇਫ੍ਰੀਨ ਹਾਰਮੋਨਸ ਨੇ ਇਹ ਸਾਡੇ ਅੰਦਰ ਡਿਪਰੈਸ਼ਨ ਦਾ ਕਾਰਨ ਬਣਦੇ ਨੇ ਮਾਨਸਿਕ ਤਣਾਅ ਦਾ ਕਾਰਨ ਬਣਦੇ ਨੇ ਤੇ ਹਸਨ ਦੇ ਨਾਲ ਇਨਾਂ ਦੇ ਦੋਵਾਂ ਹੀ ਹਾਰਮੋਨ ਦੇ ਅੰਦਰ ਕਮੀ ਆਉਂਦੀ ਹੈ ਤਾਂ ਇਸ ਤਰ੍ਹਾਂ ਅਸੀਂ ਹੱਸਣ ਦੇ ਨਾਲ ਮਾਨਸਿਕ ਤਣਾਅ ਤੋਂ ਬਚ ਸਕਦੇ ਹਾਂ ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਨੂੰ ਥੋੜੀ ਜੀ ਨੀਂਦ ਦੀ ਸਮੱਸਿਆ ਹੈ ਨੀਂਦ ਨਹੀਂ ਆਉਂਦੀ ਤਾਂ ਹੱਸਣਾ ਜਿਹੜਾ ਹੈ ਸਾਡੇ ਸਰੀਰ ਦੇ ਅੰਦਰ ਮੈਲਾਟੋਨਿਨ ਹਾਰਮੋਨ ਪੈਦਾ ਕਰਦਾ ਹੈ ਹੱਸਣ ਦੇ ਨਾਲ ਸਾਡੇ ਸਰੀਰ ਵਿੱਚ ਮੈਲਾਟੋਨਿਨ ਹਾਰਮੋਨ ਜ਼ਿਆਦਾ ਪੈਦਾ ਹੁੰਦਾ ਹੈ ਤੇ ਇਹ ਜਿਹੜਾ ਹੈ ਚੰਗੀ ਨੀਂਦ ਲਿਉਣ ਦੇ ਅੰਦਰ ਮਦਦਗਾਰ ਬਣਦਾ ਹੈ ਤਾਂ ਜੇਕਰ ਨੀਂਦ ਨਹੀਂ ਆਉਂਦੀ ਨੀਂਦ ਦੀ ਸਮੱਸਿਆ ਹੈ ਤਾਂ ਦਿਨ ਦੀ ਵਾਰ ਅੰਦਰ ਦੋ ਚਾਰ ਵੇਰ ਖੋਲ ਕੇ ਹੱਸਿਆ ਜਾਏ ਤਾਂ ਸਾਡੇ ਅੰਦਰ ਮੈਲਾਟੋਨਿਨ ਹਾਰਮੋਨਸ ਪੈਦਾ ਹੋਏਗਾ ਜੋ ਸਾਨੂੰ ਚੰਗੀ ਨੀਂਦ ਲਿਉਣ ਵਾਸਤੇ ਸਹਾਇਕ ਹੋਵੇਗਾ ਅਸੀਂ ਦੇਖਦੇ ਹਾਂ ਬਹੁਤ ਸਾਰੇ ਲੋਕ ਨੇ ਸੀਜ਼ਨਲ ਇਫੈਕਟਿਵ ਡਿਸਆਰਡਰ ਜਾਂ ਮਾਨਸਿਕ ਤਣਾਅ ਦੇ ਨਾਲ ਗ੍ਰਸਤ ਹੁੰਦੇ ਨੇ ਤਾਂ ਜਿਹੜੇ ਸੀਜ਼ਨਲ ਅਫੈਕਟਿਵ ਡਿਸਆਰਡਰ ਜਾਂ ਮਾਨਸਿਕ ਤਣਾਅ ਦੇ ਨਾਲ ਗ੍ਰਸਤ ਲੋਕ ਨੇ ਉਹਨਾਂ ਲਈ ਹੱਸਣਾ ਬਹੁਤ ਗੁਣਕਾਰੀ ਸਾਬਤ ਹੁੰਦਾ ਹੈ ਔਰ ਇਹ ਮਾਨਸਿਕ ਤਣਾਅ ਤੋਂ ਉਹ ਹੱਸਣ ਦੇ ਨਾਲ ਬਚ ਸਕਦੇ ਨੇ ਕਈ ਸਾਡੇ ਸਰੀਰ ਦੇ ਅੰਦਰ ਦਰਦ ਹੁੰਦੇ ਨੇ ਤੇ ਦਰਦਾਂ ਨੂੰ ਦੂਰ ਕਰਨ ਵਾਸਤੇ ਦਵਾਈਆਂ ਆਦਿਕ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਹੱਸਣਾ ਇੱਕ ਦਰਦ ਨਿਵਾਰਕ ਦਵਾਈ ਦੇ ਰੂਪ ਵਿੱਚ ਕੰਮ ਕਰਦਾ ਹੈ ਆਕਸਫੋਰਡ ਯੂਨੀਵਰਸਿਟੀ ਦੀ ਇੱਕ ਸਟੱਡੀ ਮੁਤਾਬਕ ਜੋ ਲੋਕ ਬਹੁਤ ਹੱਸਦੇ ਨੇ ਉਹਨਾਂ ਲੋਕਾਂ ਨਾਲੋਂ 10% ਵੱਧ ਦਰਦ ਦਾ ਮੁਕਾਬਲਾ ਕਰਦੇ ਨੇ ਜਿਹੜੇ ਕਿ ਬਿਲਕੁਲ ਵੀ ਨਹੀਂ ਹੱਸਦੇ ਤਾਂ ਖੁੱਲ ਕੇ ਹੱਸਣ ਦੇ ਨਾਲ ਸਾਡੇ ਅੰਦਰ ਐਂਡੋਰਫਿਨ ਹਾਰਮones ਪੈਦਾ ਹੁੰਦਾ ਹੈ ਜੋ ਦਰਦ ਘੱਟ ਕਰਨ ਲਈ ਮਾਰਫਿਨ ਤੋਂ ਵੀ ਚੰਗਾ ਕੰਮ ਕਰਦਾ ਹੈ ਇਸ ਲਈ ਦਰਦਾਂ ਦੇ ਨਿਵਾਰਨ ਵਾਸਤੇ ਹਾਸਾ ਜਿਹੜਾ ਹੈ ਸਾਡਾ ਲਾਭਦਾਇਕ ਹੋ ਸਕਦਾ ਹੈ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਨੇ ਐਂਟੀ 에ਜਿੰਗ ਕਰੀਮਾਂ ਯੂਜ਼ ਕਰਦੇ ਨੇ ਚਿਹਰੇ ਤੇ ਝੁਰੜੀਆਂ ਨਾ ਪੈਣ ਐਂਟੀ 에ਜਿੰਗ ਕਰੀਮਾਂ ਯੂਜ਼ ਕਰਦੇ ਨੇ ਕਿੰਨਾ ਸਾਰਾ ਪੈਸਾ ਖਰਚ ਕਰਦੇ ਨੇ ਤਾਂ ਹੱਸਣ ਦਾ ਸਾਡੀ ਉਮਰ ਤੇ ਵੀ ਬਹੁਤ ਚੰਗਾ ਪ੍ਰਭਾਵ ਦਿਸਦਾ ਹੈ ਹੱਸਣਾ ਇੱਕ ਤਰ੍ਹਾਂ ਦੀ ਸਟ੍ਰੈਚਿੰਗ ਐਕਸਰਸਾਈਜ਼ ਹੈ ਹੱਸਣਾ ਇੱਕ ਤਰ੍ਹਾਂ ਦੀ ਸਟ੍ਰੈਚਿੰਗ ਐਕਸਰਸਾਈਜ਼ ਦੀ ਤਰ੍ਹਾਂ ਹੈ ਹੱਸਣ ਦੇ ਨਾਲ ਸਾਡੀਆਂ ਮਾਸਪੇਸ਼ੀਆਂਾਂ ਦੀ ਐਕਸਰਸਾਈਜ਼ ਹੋ ਜਾਂਦੀ ਹੈ ਜਿਸ ਦੇ ਨਾਲ ਐਂਟੀ 에ਜਿੰਗ ਵਿੱਚ ਮਦਦ ਮਿਲਦੀ ਹੈ। ਔਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ weight lose ਕਰਨਾ ਚਾਹੁੰਦੇ ਨੇ। ਤਾਂ weight lose ਕਰਨ ਵਾਸਤੇ ਜਦੋਂ ਅਸੀਂ ਹੱਸਦੇ ਹਾਂ ਤਾਂ 15 ਮਿੰਟ ਹੱਸਣ ਦੇ ਨਾਲ 10 ਤੋਂ ਲੈ ਕੇ 40 ਤੱਕ ਕੈਲਰੀ ਕੈਲਰੀ ਜਿਹੜੀਆਂ ਨੇ ਬਰਨ ਹੋ ਜਾਂਦੀਆਂ ਨੇ ਸਿਰਫ 15 ਮਿੰਟ ਹੱਸਣ ਨਾਲ 10 ਤੋਂ ਲੈ ਕੇ 40 ਤੱਕ ਕੈਲਰੀਜ਼ ਬਰਨ ਹੁੰਦੀਆਂ ਨੇ ਮੇਰੇ ਕਹਿਣ ਦਾ ਭਾਵ ਕਿ ਜਦੋਂ ਬੰਦਾ ਹੱਸਦਾ ਹੈ ਤਾਂ ਉਸ ਦੀਆਂ ਕੈਲਰੀਜ਼ ਬਰਨ ਹੁੰਦੀਆਂ ਨੇ ਤਾਂ ਇਸ ਤਰ੍ਹਾਂ weight ਘਟ ਘਟ ਕਰਨ ਦੇ ਅੰਦਰ ਵੀ ਹਾਸਾ ਜਿਹੜਾ ਹੈ ਸਾਡੀ ਮਦਦ ਕਰਦਾ ਹੈ ਕਈ ਖੋਜਾਂ ਦੇ ਅੰਦਰ ਪਾਇਆ ਗਿਆ ਹੈ ਸਪੈਂਡਿਲਾਈਟਿਸ ਜਾਂ ਕਮਰ ਦਰਦ ਦੇ ਅੰਦਰ ਹਸਣਾ ਇੱਕ ਬਹੁਤ ਚੰਗਾ ਵਿਕਲਪ ਹੋ ਸਕਦਾ ਹੈ। ਔਰ ਹਸਣ ਦੇ ਨਾਲ ਸਾਡੇ ਅੰਦਰ ਆਕਸੀਜਨ ਦੀ ਮਾਤਰਾ ਜਿਹੜੀ ਹੈ ਵਧਦੀ ਹੈ। ਸਾਡਾ ਬਲੱਡ ਸਰਕੂਲੇਸ਼ਨ ਠੀਕ ਰਹਿੰਦਾ ਹੈ। ਸਾਡੀਆਂ ਬਹੁਤ ਸਾਰੀਆਂ ਦਿਲ ਦੀਆਂ ਬਿਮਾਰੀਆਂ ਨੇ ਉਹਨਾਂ ਤੋਂ ਬਚਣ ਵਾਸਤੇ ਸਾਨੂੰ ਹਾਸਾ ਕਾਫੀ ਸਾਡੀ ਅਮਦਦ ਕਰਦਾ ਹੈ। ਔਰ ਜੋ ਲੋਕ ਹੱਸਦੇ ਨੇ ਜਿਨ੍ਹਾਂ ਦੇ ਚਿਹਰੇ ਹਾਸਮੁਖ ਨੇ ਜਿਹੜੇ ਹਮੇਸ਼ਾ ਖੁਸ਼ ਰਹਿੰਦੇ ਨੇ ਉਹਨਾਂ ਦੇ ਪਰਿਵਾਰਕ ਸੰਬੰਧ ਵੀ ਬਹੁਤ ਚੰਗੇ ਰਹਿੰਦੇ ਨੇ ਜਿਹੜੇ ਲੋਕ ਖੁਸ਼ ਮਜ਼ਾਜ ਨੇ ਉਹਨਾਂ ਦੇ ਨਾਲ ਲੋਕ ਮਿਲਣਾ ਜੁਲਣਾ ਵੀ ਚਾਹੁੰਦੇ ਨੇ ਔਰ ਉਹਨਾਂ ਦਾ ਸਮਾਜਿਕ ਔਰ ਪਰਿਵਾਰਕ ਜੀਵਨ ਵੀ ਬਹੁਤ ਚੰਗਾ ਵਤੀਤ ਹੁੰਦਾ ਹੈ ਇਸ ਤਰ੍ਹਾਂ ਹਾਸਾ ਸਾਡੇ ਜੀਵਨ ਵਿੱਚ ਬਹੁਤ ਜ਼ਰੂਰੀ ਹੈ ਤਾਂ ਜਦੋਂ ਵੀ ਮੌਕਾ ਮਿਲੇ ਉਦੋਂ ਦਿਨ ਦੇ ਵਿੱਚ ਖੁੱਲ ਕੇ ਖਿੜਖਿੜਾ ਕੇ ਹੱਸਣ ਦਾ ਯਤਨ ਕਰੋ ਬਿਨਾਂ ਕਾਰਨ ਤੋਂ ਵੀ ਹੱਸੋ ਜ਼ਰੂਰ ਹੱਸੋ ਔਰ ਖੁਸ਼ ਰਹੋ ਕਿਉਂਕਿ ਹਸਣ ਦੀ ਦਾਤ ਪ੍ਰਭੂ ਨੇ ਸਿਰਫ ਔਰ ਸਿਰਫ ਮਨੁੱਖ ਨੂੰ ਦਿੱਤੀ ਹੈ ਤਾਂ ਇਹਦਾ ਸਾਨੂੰ ਪੂਰਨ ਤੌਰ ਤੇ ਲਾਭ ਉਠਾਣਾ ਚਾਹੀਦਾ ਹੈ ਲੇਕਿਨ ਇੱਕ ਗੱਲ ਯਾਦ ਰੱਖੇ ਕਿ ਤੁਹਾਡਾ ਹਾਸਾ ਕਿਸੇ ਦੀ ਮਜਬੂਰੀ ਕਰਕੇ ਨਾ ਹੋਵੇ ਕਿਸੇ ਨੂੰ ਵੀ ਇੱਜ਼ਤ ਕਰਨ ਵਾਸਤੇ ਨਾ ਹੋਵੇ ਕਿਸੇ ਨੂੰ ਨੀਵਾ ਖਾਣ ਵਾਸਤੇ ਨਾ ਹੋਵੇ ਤੁਹਾਡਾ ਹਾਸਾ ਸਕਾਰਾਤਮਕ ਹੋਵੇ ਇਸ ਲਈ ਹਮੇਸ਼ਾ ਹੱਸਦੇ ਰਹੋ ਖੁਸ਼ ਰਹੋ ਪਰਸਨ ਰਹੋ